ਉੱਥੇ ਤੁਹਾਨੂੰ ਇੱਕ ਨਵੀਂ ਚੀਜ਼ ਦਿਖਾਉਂਦੇ ਆ, ਖੰਭੇ ਟੁੱਟੇ ਪਏ। ਉਹ ਜ਼ਿਮੀਂਦਾਰਾਂ ਨੇ ਆਪ ਥੱਲੇ ਉਹਦੇ ਅਸੀਂ ਪੱਤਾ ਜਿਹਾ ਲਾ ਕੇ ਉਹ ਲੈਟ ਚਾਲੂ ਕਰੀ ਆ, ਤੇ ਉਹ ਖੰਭਾ ਵੀ ਟੁੱਟਿਆ। ਅੱਗੇ ਆ ਗਏ ਫੋਨ ਬੜ ਜਿਓ ਤੋਂ ਤੋ ਨਹੀਂ एक जन वेख्या पासे से हो किते नहीं आया एक दे लिया ठीक है वो करे वो कोन्या जी चटना रा तुली नहीं जी करके गट्टे पे आही गट्टे आ भाई जेड़े आ पे है आही तुली आ बस उदू बाद किसे ने नहीं तोली इथे कोई नहीं आएगा लो ही लो कटी पहले इंतजाम करना जिम्मे कणक की इन्होंने इंतजाम नहीं किया, कोरोना महामारी भी इन्होंने कोई इंतजाम नहीं किया। अखबारों च पढ़िया मैं 1000 करोड़ रुपया खर्चा, मैनू तो 1 रुपया करोड़ नहीं लग्या, सारे ही मिला छागे। एक नवा बैड नहीं बनाया, एक कोई वेंटिलेटर नहीं, कोई अपने ऑक्सीजन का प्रबंध नहीं, लोग हस्पताल के बाहर पे है, कैप्टन साहब अपने घरों नहीं निकलते, किमें चलूगी। ਸੁਖਬੀਰ ਜੀ ਕੀ ਕਾਰਨ ਰਿਹਾ ਕਿ ਜਿਹੜੀ 1 ਅਪ੍ਰੈਲ ਨੂੰ ਕਣਕ ਖਰੀਦ ਆਮ ਤੌਰ ਤੇ ਸ਼ੁਰੂ ਹੁੰਦੀ ਹੈ ਤੇ 10 ਅਪ੍ਰੈਲ ਕੀਤੀ ਗਈ, ਉਹਦਾ ਨੁਕਸਾਨ ਕੀ ਰਿਹਾ? ਮੈਂ ਉਹ ਵੀ ਕਹਿਣਾ ਵੱਡਾ ਨੁਕਸਾਨ ਜਿਹੜਾ ਪੰਜਾਬ ਸਰਕਾਰ ਨੇ ਕੀਤਾ ਹੈ। ਸਾਰੇ ਸੂਬਿਆਂ 'ਚ 1 ਅਪ੍ਰੈਲ ਤੋਂ ਸ਼ੁਰੂ ਹੋਈ ਹੈ, ਹਰਿਆਣਾ ਆਪਣਾ ਗਵਾਂਢੀ ਸੂਬਾ 1 ਅਪ੍ਰੈਲ ਤੋਂ ਇੱਥੇ 10 ਅਪ੍ਰੈਲ ਤੱਕ ਲੈ ਕੇ ਗਏ ਜਾਣ ਕੇ ਉੱਤੇ, ਉਹਦੇ ਬਾਅਦ ਹੁਣ ਡਾਇਰੈਕਟ ਪੇਮੈਂਟ ਨਹੀਂ ਆ ਰਹੀ, ਡਾਇਰੈਕਟ ਟ੍ਰਾਂਸਫਰ ਪੈਸਾ ਜਿਹੜਾ ਆਉਣਾ ਸੀ ਆ ਇਹਨਾਂ ਨੇ ਆਪ ਸੈਂਟਰ ਨਾਲ ਮਿਲ ਕੇ ਸ਼ੁਰੂ ਕਰਾਇਆ, ਉਹਦਾ ਸਾਰਾ ਨਕਸ਼ੇ ਨਹੀਂ ਬਣਾਏ ਇਹਨਾਂ ਨੇ, ਅਤੇ ਉਹ ਹੁਣ ਹੋਣਾ ਹੈ। ਹੁਣ ਅਗਲੇ ਸਾਲ ਤਾਂ ਇਹਨਾਂ ਨੇ ਵਾਅਦਾ ਕੀਤਾ ਸੈਂਟਰ ਨੂੰ, ਇਹਨਾਂ ਨੇ ਹਾਂ ਕਰਤੀ ਹੈ ਕਿ ਅਗਲੇ ਸਾਲ ਤੋਂ ਹਰ ਕਿਸਾਨ ਤੋਂ ਉਹਨਾਂ ਦੀ ਜ਼ਮੀਨ ਦਾ ਫਰਜ਼ ਲਈ ਜਾਊਗੀ। ਜਿਹੜੇ ਕਿਸਾਨ ਠੇਕੇ 'ਤੇ ਲੈਂਦੇ ਹੈ ਉਹਨਾਂ ਨੂੰ ਪੈਸਾ ਕਿਵੇਂ ਆਊਗਾ? ਜਿਹੜੇ ਜਿਨ੍ਹਾਂ ਜ਼ਮੀਨਾਂ ਦਾ ਇੰਤਕਾਲ ਨਹੀਂ ਹੋਇਆ ਉਹਨਾਂ ਨੂੰ ਪੈਸਾ ਕਿੱਥੋਂ ਆਊਗਾ? ਜਿਨ੍ਹਾਂ ਨੇ ਪੰਚਾਇਤੀ ਜ਼ਮੀਨ ਠੇਕੇ 'ਤੇ ਲਿੱਤੀ ਰੱਖੀ ਹੈ ਉਹਦਾ ਕਿਵੇਂ ਹੋਊਗਾ? ਸਾਂਝੇ ਖਾਤੇ ਆ ਲੋਕਾਂ ਦੇ, ਕੋਈ ਖੇਤੀ ਕੁਛ ਕਰ ਰਿਹਾ ਕਿਸੇ ਜ਼ਮੀਨ ਦੇ ਨਾਂ ਥੱਲੇ ਹੋ ਰਿਹਾ, ਉਹ ਵਿਚਾਰਿਆਂ ਨੂੰ ਪੈਸਾ ਕਿੱਥੋਂ ਆਊਗਾ? ਬਸ ਐਵੇਂ, ਕਿਉਂਕਿ ਸੈਂਟਰ ਮੋਦੀ ਸਰਕਾਰ ਦੇ ਦਬਾਅ 'ਤੇ ਕੈਪਟਨ ਹਾਂ ਕਰਿਆ ਅਤੇ ਹੁਣ ਮਗਰ ਪਿੱਛੇ ਪਏ ਉਹਨਾਂ ਨੂੰ ਕਿ ਉਵੇਂ ਲਾਗੂ ਕਰੋ ਜਿਵੇਂ ਸੈਂਟਰ ਕਹਿੰਦੀ ਹੈ। ਬੇਸਿਕਲੀ ਗੱਲ ਹੈ ਜ਼ਮੀਨ ਨਾਲ ਨਹੀਂ ਜੁੜਿਆ ਕੈਪਟਨ, ਜਿਹਨੇ ਆਪ ਜ਼ਿੰਦਗੀ 'ਚ ਖੇਤੀ ਨਾ ਕੀਤੀ ਹੋਏ ਉਹਨੂੰ ਪਤਾ ਨਹੀਂ ਖੇਤੀ। ਸੁਖਬੀਰ ਜੀ ਇੱਕ ਅੰਕੜੇ ਆ ਜਿਹੜੇ 2012 ਦੇ ਅੰਕੜੇ ਸੀ ਉਦੋਂ ਹੁਣ ਤੱਕ ਜਿਹੜੀ ਅੱਜ ਟੈਲ ਡੇਟ ਤੱਕ ਜਿਹੜੀ 11 ਲੱਖ ਟਨ ਕਣਕ ਖਰੀਦੀ ਗਈ ਸੀਗੀ। 2014 ਦੀ ਗੱਲ ਕਰੀਏ ਤਾਂ 9 ਲੱਖ ਮੀਟ੍ਰਿਕ ਟਨ ਸੀਗੀ, ਇਸ ਵਾਰ ਜਿਹੜੀ ਅੱਜ ਅੰਕੜੇ ਜਾਰੀ ਕੀਤੇ 5,16,000 ਕੋਈ ਮੀਟ੍ਰਿਕ ਟਨ ਜਿਹੜੀ ਕੀਤੀ ਗਈ ਆ ਅੱਧੇ। ਆਹ ਜਿਹੜੇ ਅੰਕੜੇ ਵੀ ਗਲਤ ਹੈ, ਤੁਸੀਂ ਇੱਕ ਇੱਕ ਮੰਡੀ ਦੇਖ ਲਓ ਕਿੰਨੀ ਖਰੀਦੀ ਗਈ ਹੈ ਇੱਥੇ, ਆਹ ਲੋਕ ਰੁਲ ਰਹੇ ਹੈ ਇੱਥੇ, ਮਤਲਬ 10% ਵੀ ਨਹੀਂ ਕਣਕ ਖਰੀਦੀ ਗਈ ਜਿਹੜੀ ਆਈ ਇੱਥੇ, ਤਾਂ ਕਿਸਾਨ ਬੈਠੇ ਆ। ਕਾਂਗਰਸ ਸਰ ਲੀਡਰ ਵੀ ਨਹੀਂ ਕਰਵਾ ਰਿਹਾ ਇੱਥੇ, ਜ਼ਿੰਮੇਵਾਰੀ ਬਣਦੀ ਸੀ ਕਾਂਗਰਸ ਦੇ ਮੰਤਰੀਆਂ ਦੀ ਪਰ ਵੋਟਾਂ ਲੈ ਕੇ ਘਰਾਂ 'ਚ ਬੈਠੇ ਨੇ, ਕੀ ਕਹਿਣਾ ਚਾਹੁੰਦੇ? ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ, ਸਰਕਾਰ ਤਾਂ ਜਮਾਂ ਕੰਮ ਕਰਨ ਵਾਲੀ ਨਹੀਂ ਸੁੱਤੀ ਪਈ ਆ, ਕੋਈ ਧਿਆਨ ਨਹੀਂ। 10 ਤਰੀਕ ਦਾ ਦੇਖੋ ਕੀਤਾ ਹੋਇਆ ਕਿ ਪਰਚੇਜ਼ ਸ਼ੁਰੂ ਕਰਨੀ ਹੈ ਸਰਕਾਰ ਨੇ, ਪਰ ਇੱਕ ਵੀ ਇੱਥੇ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਯੋਗ ਪ੍ਰਬੰਧ ਨਹੀਂ, ਨਾ ਬਾਰਦਾਨੇ ਦਾ ਪ੍ਰਬੰਧ ਹੈ, ਨਾ ਕੋਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ, ਨਾ ਕੋਈ ਬੈਠਣ ਦਾ ਪ੍ਰਬੰਧ ਹੈ। ਮੀਂਹ ਜਦੋਂ ਪੈ ਜਾਂਦਾ ਉਦੋਂ ਬੁਰਾ ਹਾਲ ਹੋ ਜਾਂਦਾ, ਬਾਹਰ ਕਣਕਾਂ ਜਿਹੜੀਆਂ ਭਿੱਜ ਜਾਂਦੀਆਂ ਫੁੱਲ ਜਾਂਦੀਆਂ, ਜਿੱਥੇ ਆਪਾਂ ਖੜ੍ਹੇ ਹਾਂ ਦੇਖੋ ਇਹਦੇ ਥੱਲੇ ਕਿਵੇਂ ਕਣਕ ਖੁੱਲੀ ਹੋਈ ਹੈ, ਮੁਸਕ ਮਾਰ ਰਿਹਾ ਇਸ ਦੇ ਵਿੱਚੋਂ। ਇੱਕ ਅਨਾਜ ਦੀ ਬਰਬਾਦੀ ਹੈ ਸਰਕਾਰ ਦੀ ਨਲਾਇਕੀ ਦੇ ਕਰਕੇ, ਸੋ ਇੰਨਾ ਨਿਖਿੱਧਪੁਣਾ, ਇੰਨੀ ਮਿਸਮਨੇਜ ਜਿਹੜੀ ਸਰਕਾਰ ਦੀ, ਉਹਦੇ ਅਸੀਂ ਸਖ਼ਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦੇ ਹਾਂ ਕਿ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਹੈ ਜਿਹੜੀ ਆ ਗੈਰ ਜ਼ਿੰਮੇਵਾਰੀ ਵਾਲਾ ਕੰਮ ਨਹੀਂ ਕਰਨਾ ਚਾਹੀਦਾ ਸਰਕਾਰ ਨੂੰ, ਆਪਣੀ ਜੋ ਡਿਊਟੀ ਬਣਦੀ ਹੈ ਉਹ 'ਤੇ ਪੂਰਾ ਉਤਰਨਾ ਚਾਹੀਦਾ। ਸਾਰਾ ਕੁਝ ਜੋ ਬਾਰਦਾਨੇ ਵਾਲੀ ਕੀ ਚੀਜ਼ ਹੁੰਦੀ ਹੈ, ਜੇ ਸਰਕਾਰ ਬਾਰਦਾਨੇ ਨਹੀਂ ਪ੍ਰੋਵਾਈਡ ਕਰ ਸਕਦੀ ਤਾਂ ਹੋਰ ਪੰਜਾਬ ਨੂੰ ਕੀ ਵਿਕਾਸ
विकास दियां लीहां ते लेके जाऊ इन्ना छोटा काम नहीं हो सकता जे सरकार तो सो जे ध्यान होवे फिर ही है जे बिल्कुल ही ध्यान नहीं ना इत्थों दे लोकल जिहड़ा विधायक जां माल मंत्री उहदा कोई ध्यान है ना उहने उह कोई पुछदा आके वी की हाल है ना मुख्यमंत्री किसे नूं कोई डायरेक्शन दिंदा है जिला लैवल ते ते ना आप तां आउणा ही की है ते बोलिया वी नहीं हले तक वी किस तरह जां असीं कर रहे हैं जां की आउण वाले समें दे विच इहदा वारदन दी जिहड़ी समस्या उहदा की हल कर रहे हैं बिल्कुल नहीं इस बारे गल ही नहीं की सो इस वेले किसान आ जिहड़ा बहुत परेशान है बहुत दुखी है कि दो दो हफ्तों तो इत्थे बैठ के घर के काम कार सारे छड के सारे जिमें छड के एको ही हुंदा कि जिहड़ी फसल पुत्तां वांगू पाली है इहदा सही मुल मिले तो अगे जिहड़ा परिवार का वधिया जिहड़ा उह पालन पोषण होवे सो उहदे सुपने मैं समझदा कि सरकार की नलायकी करके चकना चूर हो गए जिथे झाड़ भी घट है ऐतकी 8-10 हज़ार का तो वैसे ही किले मगर लॉस होना है तो एक आ सरकार के निखिधपुणे करके हो जाना है जी समय सिर जी खरीद नहीं की वारदाना प्रोवाइड नहीं किया जी हम कण खराब हो गई मीह करके यदि किसी ने खरीद नहीं करनी सो असी जिथे प्रधान जी ने भी जिले के डिप्टी कमिश्नर सख्त जी हदायत की है कि जल्दी जोड़े है प्रबंध किए जा जिते वारदाने की जरूरत है वारदाना प्रोवाइड किया जाए दो दिन मंडियां खाली कराई जा सारी हरे 20% परचेज हुई है 80% बाकी है इन्ना स्लो सुस्त क्यों चल रहा काम सो असी भी प्रशासन को इस गल की ताड़ना करते हैं समुची जथेबंदी कि जे तुस इत्थे योग प्रबंध ना किए वारदाना जल्दी तो जल्दी ना दिता जां खरीद ना करवाई तो वड्डी पद्धर ते जिहड़ा सरकार के खिलाफ प्रशासन के खिलाफ एजेंसियों के खिलाफ असी धरने लावांगे ताकि किसानों को जिहड़ा इंसाफ मिल सके थैंक यू।